दिल्ली दे दिल दे विच अज पंजाब बोल रहा, किसान मोर्चा बोल रहा। इहदा इक्को इक कारण है कि लोग सियाने हो गए। जो लोग सियाने हो जाण तां उहनां दे कलाकारां नूं भी सियाने होना पैंदा, उहनां दे आगूआं नूं भी सियाने होना पैंदा। ਬੀਰ ਸਿੰਘ ਨੂੰ ਕਿਸ ਚੀਜ਼ ਦੀ ਭੁੱਖ ਹੈਗੀ ਹੈ? ਉਦਾਂ ਭੁੱਖ ਦੀ ਗੱਲ ਕਰਦੇ, ਅੰਦਰ ਦੀ ਭੁੱਖ ਦੀ ਕੀ ਹੈ? ਮੈਂ ਚਾਹੁੰਦਾ ਕਿ ਮੈਂ ਇਸ ਫਾਰਮੂਲੇ ਦੇ ਉੱਤੇ ਫਿੱਟ ਬੈਠ ਜਾਵਾਂ ਕਿ ਮੈਨੂੰ ਇਹ ਸਮਝ ਆ ਜਾਏ ਕਿ ਜੈਸੇ ਸੁਪਨਾ ਰਹਿਣ ਕਾ ਤੈਸੋ ਹੀ ਜਗ ਜਾਣ। ਹਰ ਇੱਕ ਵਰਗ 'ਚੋਂ, ਹਰ ਇੱਕ ਸੈਕਸ਼ਨ 'ਚੋਂ, ਹਰ ਇੱਕ ਕਾਸਟ ਦੇ ਵਿੱਚੋਂ, ਇੱਥੋਂ ਤੱਕ ਕਿ ਬਹੁਤ ਸਾਰੀਆਂ ਸਟੇਟਸ ਇਕੱਠੀਆਂ ਇੱਥੇ ਰਲ ਮਿਲ ਕੇ ਹੰਬਲਾ ਮਾਰ ਕੇ ਸੈਂਟਰ ਗੌਰਮੈਂਟ ਦੀ ਹਿੱਕ 'ਤੇ ਬੈਠੀਆਂ। ਹਾਂਜੀ, ਮੇਰਾ ਇੱਕ ਗੀਤ ਹੈਗਾ ਇਹਦੇ ਉੱਤੇ, ਸਿੱਖ ਲਈਏ ਜੇ ਵੰਡ ਕੇ ਖਾਣਾ, ਜੱਗ ਸਾਰਾ ਪਰਿਵਾਰ ਹੋ। ਅਸੀਂ ਪਰਿਵਾਰ ਵਾਂਗ ਹੀ ਹਾਂ, ਸਾਡੇ ਪੁਰਖਾਂ ਨੇ ਵੀ ਗੱਲ ਯੂਨੀਵਰਸਲ ਬ੍ਰਦਰਹੁੱਡ ਦੀ ਕੀਤੀ ਹੈ, ਤਾਂ ਉਸੇ ਮੈਸੇਜ ਨੂੰ ਅੱਗੇ ਕਨਵੇ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਅਗਰ ਸਰਕਾਰ ਦੀ ਗੱਲ ਕਰੀਏ, ਕੇਂਦਰ ਸਰਕਾਰ ਜ਼ਿੱਦੀ ਰਵੱਈਆ ਜੇ ਹੈਗਾ, ਸਾਨੂੰ ਲੋਹੜੀ ਮਨਾਉਣ ਦੇਗਾ ਕਿ ਨਹੀਂ ਦੇਗਾ? ਮੈਂ ਦਿਲ ਤਾਂ ਕਰਦਾ ਮਨਾ ਕੇ ਜਾਈਏ। ਦਿੱਲੀ ਦੇ ਦਿਲ ਦੇ ਵਿੱਚ ਅੱਜ ਪੰਜਾਬ ਬੋਲ ਰਿਹਾ, ਕਿਸਾਨ ਮੋਰਚਾ ਬੋਲ ਰਿਹਾ, ਹਰ ਇੱਕ ਉਹ ਲੋਕ ਬੋਲ ਰਹੇ ਨੇ ਜੇ ਕਿਸਾਨ ਨੂੰ ਸਹਿਯੋਗ ਦੇ ਰਹੇ ਨੇ, ਕਿਸਾਨ ਮੋਰਚੇ ਨੂੰ ਸਹਿਯੋਗ ਦੇ ਰਹੇ ਨੇ। ਅੱਜ ਅਗਰ ਆਪਾਂ ਸਾਂਝੀ ਸੱਥ ਦੀ ਗੱਲ ਕਰੀਏ, ਬੀਰ ਸਿੰਘ ਇੱਥੇ ਮੌਜੂਦ ਨੇ। ਬੀਰ ਸਿੰਘ, ਪਹਿਲੇ ਤਾਂ ਫੈਕਟ ਨਿਊਜ਼ 'ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਥੈਂਕ ਯੂ। ਵੀਰ ਜੀ, ਆਪਾਂ ਜਦ ਗੱਲ ਕਰਦੇ ਨੇ ਆਪਣੇ ਗਾਇਕਾਂ ਦੀ, ਗਾਇਕੀ ਦੀ, ਹੈ ਨਾ, ਬਹੁਤ ਚਿਰ ਤੋਂ ਯੂਟਿਊਬ ਦੇ ਉੱਤੇ ਹਮੇਸ਼ਾ ਵੱਖ ਵੱਖ ਚੈਨਲਾਂ ਦੇ ਰਾਹੀਂ ਕਿਹਾ ਜਾ ਰਿਹਾ ਸੀ ਕਿ ਜੇ ਗੀਤ ਨੇ ਉਹ ਕਿਤੇ ਨਾ ਕਿਤੇ ਗੈਂਗਵਾਰ ਨੂੰ ਪ੍ਰਮੋਟ ਕਰਦੇ ਨੇ, ਇਹ ਅਲਕੋਹੋਲ ਨੂੰ ਪ੍ਰਮੋਟ ਕਰਦੇ ਨੇ। ਇਹ ਬਹੁਤ ਲੋਕਾਂ ਨੇ ਆਵਾਜ਼ ਵੀ ਚੱਕੀ ਕਿ ਇਸ ਤਰ੍ਹਾਂ ਦੇ ਗੀਤਾਂ ਨੂੰ ਬੰਦ ਹੋ ਜਾਣਾ ਚਾਹੀਦਾ। ਲੇਕਿਨ ਜਦ ਕਿਸਾਨ ਮੋਰਚੇ ਦੀ ਲਹਿਰ ਆਈ ਤਾਂ ਗੈਂਗਸਟਰ ਕਲਚਰ ਦੇ ਅਲਕੋਹੋਲ ਨੂੰ ਪ੍ਰਮੋਟ ਵੱਲ ਕਰਨ ਵਾਲੇ ਗੀਤ ਸਾਈਡ ਹੋ ਗਏ, ਸਿਰਫ ਕਿਸਾਨੀ ਦੇ ਗੀਤ ਜੇ ਹੈ ਇਸ ਵੇਲੇ ਯੂਟਿਊਬ ਉੱਤੇ ਚੱਲ ਰਹੇ ਨੇ। ਇਹਦਾ ਇੱਕੋ ਇੱਕ ਕਾਰਨ ਹੈ ਕਿ ਲੋਕ ਸਿਆਣੇ ਹੋ ਗਏ। ਜਦੋਂ ਲੋਕ ਸਿਆਣੇ ਹੋ ਜਾਣ ਤਾਂ ਉਹਨਾਂ ਦੇ ਕਲਾਕਾਰਾਂ ਨੂੰ ਵੀ ਸਿਆਣੇ ਹੋਣਾ ਪੈਂਦਾ, ਉਹਨਾਂ ਦੇ ਆਗੂਆਂ ਨੂੰ ਵੀ ਸਿਆਣੇ ਹੋਣਾ ਪੈਂਦਾ। ਅਤੇ ਇਹ ਬਹੁਤ ਵੱਡੀ ਜਿੱਤ ਹੈ ਕਿ ਇਹਦੇ ਨਾਲ ਹੁਣ ਜਿਹੜੀ ਸਾਡੀ ਮਾਨਸਿਕਤਾ ਹੈ ਉਹਦੇ ਵਿੱਚ ਸਿਆਣਪ ਆਉਣੀ ਸ਼ੁਰੂ ਹੋ ਗਈ, ਉਹਦੇ ਵਿੱਚ ਸੰਜਮ ਆਉਣਾ ਸ਼ੁਰੂ ਹੋ ਗਿਆ, ਅਤੇ ਇਹਦੇ ਨਾਲ ਹੀ ਅਗਲੇ ਨਵੇਂ ਯੁੱਗ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਗਈ। ਜੇ ਯੁੱਗ ਦੀ ਗੱਲ ਕਰ ਰਹੇ ਹੋ ਤੁਸੀਂ, ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ, ਲੇਕਿਨ ਜਦ ਤੁਸੀਂ ਆਪ ਲਿਖਤ ਕਰਦੇ ਹੋ, ਲਿਖਦੇ ਹੋ, ਇਤਨੇ ਚਿਰ ਤੋਂ ਲਿਖਦੇ ਆ ਰਹੇ ਹੋ, ਤੁਹਾਡੀ ਲਿਖਤ ਹਮੇਸ਼ਾ ਵੱਖਰੀ ਰਹੀ ਹੈ, ਸੋਚ ਵੱਖਰੀ ਰਹੀ ਹੈ, ਇੱਕ ਅਜਿਹੀ ਸੋਚ ਜੋ ਆਈ ਥਿੰਕ ਬਹੁਤ ਘੱਟ ਲੋਕ ਸੋਚਦੇ ਹਨ। ਆਪਾਂ ਕਹਿੰਦੇ ਬਹੁਤ 100 ਵਿੱਚੋਂ 1% ਹੁੰਦਾ ਹੈ ਜੋ ਇੱਕ ਇਸ ਤਰ੍ਹਾਂ ਦਾ ਇਨਸਾਨ ਹੁੰਦਾ, ਜੇ ਇਨਸਾਨ ਇਤਵਾਰੀ ਗੱਲ ਕਰਦਾ ਹੈ, ਉਸਨੂੰ ਧਰਮ ਦੇ ਨਾਲ, ਜਾਤੀ ਦੇ ਨਾਲ, ਉੱਚੇ ਵੱਡੇ ਕੁਛ ਵੀ ਉਸਦੇ ਨਾਲ ਕੋਈ ਮਤਲਬ ਨਹੀਂ ਹੁੰਦਾ, ਕੋਈ ਭਾਅ ਨਹੀਂ ਹੁੰਦਾ। ਮੇਰਾ ਤਾਂ ਜਿਹੜਾ ਫੰਡਾ ਰਿਹਾ ਹੈ ਲਿਖਣ ਦਾ, ਮੈਂ ਨਾ ਤਾਂ ਕੋਈ ਪ੍ਰੋਫੈਸ਼ਨਲ ਆਪਣੇ ਆਪ ਨੂੰ ਕਹਿੰਦਾ ਹਾਂ, ਨਾ ਕੋਈ ਬਹੁਤ ਸਕਿੱਲਡ ਰਾਈਟਰ ਹਾਂ ਮੈਂ। ਮੈਂ ਤਾਂ ਬਸ ਜੋ ਮਨ 'ਚ ਆਉਂਦਾ ਆ ਉਹਨੂੰ ਲਿਖਣ ਦੀ ਕੋਸ਼ਿਸ਼ ਹੁੰਦੀ ਹੈ, ਜੋ ਲਿਖਿਆ ਜਾਂਦਾ ਉਹਦੀ ਪੇਸ਼ਕਾਰੀ ਕਰ ਦਿੰਦਾ ਹਾਂ, ਅਤੇ ਉਹਦੇ 'ਚ ਮੈਨੂੰ ਪਿਆਰ ਇੰਨਾ ਕੁ ਮਿਲ ਜਾਂਦਾ ਹੈ ਕਿ ਮੈਨੂੰ ਕਿਸੇ ਚੀਜ਼ ਦੀ ਭੁੱਖ ਰਹੀ ਨਹੀਂ। ਅਤੇ ਉਹ ਮੇਰਾ ਪਹਿਲਾਂ ਵੀ ਜਾਰੀ ਸੀਗਾ, ਹੁਣ ਵੀ ਅੱਗੇ ਵੀ ਜਾਰੀ ਰਹੂਗਾ ਆਉਣ ਵਾਲੇ ਸਮੇਂ 'ਚ। ਭੁੱਖ, ਉੱਦਾਂ ਗੱਲ ਕਰੀਏ, ਬੀਰ ਸਿੰਘ ਨੂੰ ਕਿਸ ਚੀਜ਼ ਦੀ ਭੁੱਖ ਹੈਗੀ ਹੈ? ਉੱਦਾਂ ਭੁੱਖ ਦੀ ਗੱਲ ਕਰਦੇ, ਅੰਦਰ ਦੀ ਭੁੱਖ ਦੀ ਕੀ ਹੈ? ਜੇ ਅੰਦਰ ਦੀ ਭੁੱਖ ਦੀ ਗੱਲ ਕਰੋ ਤਾਂ ਮੈਂ ਚਾਹੁੰਦਾ ਕਿ ਮੈਂ ਇਸ ਫਾਰਮੂਲੇ ਦੇ ਉੱਤੇ ਫਿੱਟ ਬੈਠ ਜਾਵਾਂ ਕਿ ਮੈਨੂੰ ਇਹ ਸਮਝ ਆ ਜਾਏ ਕਿ ਜੈਸੇ ਸੁਪਨਾ ਰਹਿਣ ਕਾ ਤੈਸੋ ਹੀ ਜਗ ਜਾਣ, ਕਿ ਮੈਂ ਇਸ ਸੰਸਾਰ ਨੂੰ ਸੁਪਨੇ ਵਾਂਗੂ ਸਮਝ ਸਕਾਂ, ਮੈਂ ਵਾਕਿਆ ਹੀ ਜਿਹੜੀ ਸੱਚਾਈ ਮੈਨੂੰ ਮੇਰੇ ਪਾਤਸ਼ਾਹ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਮੇਰੇ ਜੀਵਨ ਦੇ ਵਿੱਚ ਇੰਪਲੀਮੈਂਟ ਹੋ ਜਾਏ, ਇਸ ਤੋਂ ਵੱਧ ਕੁਛ ਨਹੀਂ। ਜਦ ਆਪਾਂ ਗੀਤ ਦੀ ਗੱਲ ਕਰਦੇ ਨੇ, ਤੁਸੀਂ ਜਿੰਨੇ ਵੀ ਗੀਤ ਲੈ ਕੇ ਆਏ ਹੋ ਉਹ ਗੀਤ ਕਿਤੇ ਨਾ ਕਿਤੇ ਸੱਚ ਹਨ, ਅਤੇ ਕਈ ਵਾਰ ਲੋਕਾਂ ਨੂੰ ਸੱਚ ਪਸੰਦ ਨਹੀਂ ਹੁੰਦਾ, ਲੇਕਿਨ ਅੱਜ ਉਹੀ ਗੀਤ ਅਗਰ ਕਹੀਏ ਤਾਂ ਮੈਂ ਗੀਤ ਦਾ ਨਾਂ ਨਹੀਂ ਲਊਂਗੀ, ਉਹ ਅੱਜ ਇਹੀ ਦੱਸ ਰਿਹਾ ਕਿ ਇਸੀ ਚੀਜ਼ ਦੀ ਗੱਲ ਕਰ ਰਹੇ ਸੀ ਤੁਸੀਂ, ਇਨਸਾਨੀਅਤ ਦੀ ਗੱਲ ਕਰ ਰਹੇ ਸੀ, ਅੱਜ ਉਹੀ ਗੀਤ ਦੇ ਜਿਸ ਵਿਰੋਧੀ ਸੀ ਉਹ ਅੱਜ ਸਾਰੇ ਇੱਥੇ ਬੈਠੇ ਨੇ। ਦੇਖੋ ਜੇ ਜਿਹੜੇ ਗਾਣੇ ਦੀ ਤੁਸੀਂ ਗੱਲ ਕਰ ਰਹੇ ਹੋ, ਮੇਰਾ ਕੀ ਕਸੂਰ ਗਾਣਾ ਸੀਗਾ, ਉਦੋਂ ਬਹੁਤ ਲੋਕਾਂ ਨੂੰ ਇਹ ਲੱਗਿਆ ਕਿ ਇਹ ਇੱਕ ਪਰਟੀਕੁਲਰ ਇੱਕ ਰਿਲੀਜਨ ਦੇ ਖਿਲਾਫ ਆ, ਇੱਕ ਸੈਕਸ਼ਨ ਦੇ ਖਿਲਾਫ ਆ, ਪਰ ਜਿਹੜੇ ਲੋਕ ਥੋੜ੍ਹੇ ਸਿਆਣੇ ਸੀਗੇ ਉਹਨਾਂ ਸਾਰਿਆਂ ਨੂੰ ਪਤਾ ਸੀਗਾ ਕਿ ਇਹ ਕਿਸੇ ਦੇ ਖਿਲਾਫ ਨਹੀਂ, ਸਗੋਂ ਇਨਸਾਨੀਅਤ ਦੇ ਹੱਕ 'ਚ, ਇਨਸਾਨੀਅਤ ਦੇ ਪੱਖ 'ਚ ਭੁਗਤਦਾ ਹੈ ਇਹ ਗੀਤ। ਅਤੇ ਉਸ ਗੱਲ ਦੀ ਸਮਝ ਦੇਰ ਨਾਲ ਆਈ ਪਰ ਆ ਗਈ, ਅਤੇ ਅੱਜ ਇਸ ਅੰਦੋਲਨ ਦੇ ਵਿੱਚ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ, ਹਰੇਕ ਵਰਗ 'ਚੋਂ, ਹਰੇਕ ਸੈਕਸ਼ਨ 'ਚੋਂ, ਹਰੇਕ ਕਾਸਟ ਦੇ ਵਿੱਚੋਂ, ਇੱਥੋਂ ਤੱਕ ਕਿ ਬਹੁਤ ਸਾਰੀਆਂ ਸਟੇਟਸ ਇਕੱਠੀਆਂ ਇੱਥੇ ਰਲ ਮਿਲ ਕੇ ਹੰਬਲਾ ਮਾਰ ਕੇ ਸੈਂਟਰ ਗੌਰਮੈਂਟ ਦੀ ਹਿੱਕ 'ਤੇ ਬੈਠੀਆਂ। ਸ਼ਾਮ ਨੂੰ ਜਦੋਂ ਮੈਂ ਨਿਕਲਦਾ ਤਾਂ ਕਈ ਵਾਰੀ
ਹਰਿਆਣਵੀ ਵੀਰਾਂ ਦੇ ਨਾਲ ਗਾਈਦਾ, ਕਈ ਵਾਰੀ ਰਾਜਸਥਾਨ, ਮੈਂ ਉੱਥੇ ਦੂਜੇ ਸ਼ਾਹਜਹਾਂਪੁਰ ਵਾਲੇ ਬਾਰਡਰ 'ਤੇ ਗਿਆ ਸੀਗਾ, ਸ਼ਾਹਜਹਾਂਪੁਰ ਵਾਲੇ ਬਾਰਡਰ 'ਤੇ, ਉੱਥੇ ਵੀ ਮੈਂ ਰਾਜਸਥਾਨੀ ਵੀਰਾਂ ਦੇ ਨਾਲ ਬੈਠ ਕੇ ਆਇਆ, ਗੱਲਾਂ ਬਾਤਾਂ ਕਰਕੇ ਆਇਆ, ਉਹਨਾਂ ਦੇ ਕਲਚਰਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ। ਗਾਜ਼ੀਪੁਰ ਜਾਂਦਾ ਹਾਂ ਤਾਂ ਉੱਧਰ ਉੱਤਰਾਖੰਡ ਵਾਲੇ, ਯੂਪੀ ਵਾਲੇ ਵੀਰ, ਉਹਨਾਂ ਸਾਰਿਆਂ ਨੂੰ ਮਿਲਦੇ ਗਿਲਦੇ ਰਹਿੰਦੇ ਹਾਂ। ਤਾਂ ਉਹ ਇੱਕ ਜਿਹੜਾ ਕਲਚਰਲ ਟ੍ਰੇਡ ਇੱਥੇ ਸ਼ੁਰੂ ਹੋ ਗਿਆ ਨਾ ਸਾਡਾ ਆਪਸੀ, ਵੀ ਅਸੀਂ ਉਹਨਾਂ ਦੇ ਕਲਚਰ 'ਚੋਂ ਸਿੱਖ ਰਹੇ ਹਾਂ, ਉਹ ਸਾਡੇ ਕਲਚਰ ਨੂੰ ਇੰਜੋਏ ਕਰ ਰਹੇ ਆ। ਇਹ ਚੀਜ਼ ਬੜੀ ਬਹੁਤ ਪਿਆਰੀ ਅਤੇ ਇਹਦੇ ਨਾਲ ਇੰਨੀ ਕੁ ਸਾਂਝ ਵਧਣੀ ਹੈ ਸਾਡੀ ਕਿ ਸਾਡੇ ਆਮ ਪਬਲਿਕ ਦੇ ਮਨਾਂ ਦੇ ਵਿੱਚ ਜਿਹੜੇ ਵੈਰ ਵਿਰੋਧ ਚੰਦਕ ਆਗੂਆਂ ਨੇ ਪਾਏ ਸੀਗੇ ਉਹ ਨਿਕਲਣੇ ਸ਼ੁਰੂ ਹੋ ਜਾਣੇ ਆ। ਗੌਰਮੈਂਟ ਸਾਨੂੰ ਹਮੇਸ਼ਾ ਲੜਾ ਕੇ ਅਤੇ ਇੰਜੋਏ ਕਰਦੀ ਸੀਗੀ, ਉਹ ਚੀਜ਼ ਜਿਹੜੀ ਹੈ ਨਾ ਉਹਨਾਂ ਦਾ ਫਾਰਮੂਲਾ ਫੇਲ ਹੋਣਾ ਸ਼ੁਰੂ ਹੋ ਗਿਆ ਇਸ ਅੰਦੋਲਨ ਦੇ ਵਿੱਚ। ਆਪਾਂ ਗੱਲ ਕਰੀਏ ਸਾਂਝ ਦੀ, ਇਹ ਕਲਚਰਲ ਸਾਂਝ ਜੋ ਹੈ, ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੀਤਾਂ ਰਾਹੀਂ ਤੁਹਾਡੇ ਜੇ ਪੇਸ਼ ਹੋਵੇਗੀ, ਕਿਉਂਕਿ ਕਿਤੇ ਨਾ ਕਿਤੇ ਤੁਸੀਂ ਹਮੇਸ਼ਾ ਜਦ ਵੀ ਲਿਖਦੇ ਹੋ ਸੱਚਾਈ ਦੇ ਰੂਬਰੂ ਲਿਖਦੇ ਹੋ, ਦਿਲ ਦੇ ਰੂਬਰੂ ਲਿਖਦੇ ਹੋ, ਤਾਂ ਇਹ ਕਦੇ ਗੀਤ ਆਊਗਾ ਜਲਦੀ? ਹਾਂਜੀ, ਮੇਰਾ ਇੱਕ ਗੀਤ ਹੈਗਾ ਇਹਦੇ ਉੱਤੇ, ਸਿੱਖ ਲਈਏ ਜੇ ਵੰਡ ਕੇ ਖਾਣਾ ਜੱਗ ਸਾਰਾ ਪਰਿਵਾਰ ਹੋ। ਅਸੀਂ ਪਰਿਵਾਰ ਵਾਂਗ ਹੀ ਹਾਂ, ਸਾਡੇ ਪੁਰਖਾਂ ਨੇ ਵੀ ਗੱਲ ਯੂਨੀਵਰਸਲ ਬ੍ਰਦਰਹੁੱਡ ਦੀ ਕੀਤੀ ਹੈ, ਤਾਂ ਉਸੇ ਮੈਸੇਜ ਨੂੰ ਅੱਗੇ ਕਨਵੇ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਲੱਗਦਾ ਹੈ ਆਪਾਂ ਅਗਰ ਸਰਕਾਰ ਦੀ ਗੱਲ ਕਰੀਏ, ਕੇਂਦਰ ਸਰਕਾਰ ਜ਼ਿੱਦੀ ਰਵੱਈਆ ਜੇ ਹੈਗਾ, ਸਾਨੂੰ ਲੋਹੜੀ ਮਨਾਉਣ ਦੇਗਾ ਕਿ ਨਹੀਂ ਦੇਗਾ? ਦਿਲ ਤਾਂ ਕਰਦਾ ਮਨਾ ਕੇ ਜਾਈਏ, ਪਰ ਇੱਥੇ ਕੀ ਹੈ ਕਿ ਇੱਥੇ ਕੰਡੀਸ਼ਨਸ ਠੰਡ ਕਰਕੇ ਬੜੀਆਂ ਵਰਸਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹੁਣ ਬਾਰਿਸ਼ ਦੇ ਦਿਨ ਨੇ ਅਤੇ ਉਹਨਾਂ ਕਰਕੇ ਹੋਰ ਥੋੜ੍ਹੀ ਪ੍ਰੋਬਲਮ ਆਈ ਆ। ਤਾਂ ਅਰਦਾਸ ਤਾਂ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਸਾਡਾ ਮਸਲਾ ਸੁਲਝੇ ਅਤੇ ਅਸੀਂ ਘਰਾਂ ਨੂੰ ਜਾਣ ਵਾਲੇ ਬਣੀਏ, ਪਰ ਬਿਨਾਂ ਸੁਲਝੇ ਇੱਥੋਂ ਕੋਈ ਵੀ ਜਾਣ ਲਈ ਤਿਆਰ ਨਹੀਂ ਆ। ਜਿਹੜੇ ਵੀ ਇੱਥੇ ਬੈਠੇ ਨੇ ਘਰਾਂ 'ਚੋਂ ਸੋਚ ਕੇ ਆਏ ਨੇ ਕਿ ਅਸੀਂ ਕਿਸ ਕੰਮ ਲਈ ਆਏ ਹਾਂ ਅਤੇ ਕੀ ਕਰਕੇ ਜਾਣਾ। ਆਪਾਂ ਗੱਲ ਕਰੀਏ ਕੀ ਜਵਾਨ ਕੀ ਕਿਸਾਨ, ਹਰ ਕੋਈ ਜੇ ਹੈ ਇਸ ਮੋਰਚੇ ਦੇ ਨਾਲ ਜੁੜਿਆ, ਹਰ ਕੋਈ ਚਾਹ ਰਿਹਾ ਕਿ ਇਹ ਜੇ ਮੋਰਚਾ ਹੈ ਫਤਿਹ ਕਰਕੇ ਆਪਾਂ ਵਾਪਸ ਜਾਈਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੋਰਚੇ ਦੇ ਵਿੱਚ ਕਿਸੇ ਨੇ ਵੱਡਾ ਛੋਟਾ ਨਹੀਂ ਸੋਚਿਆ, ਕਿਸੇ ਕਲਾਕਾਰ ਨੇ ਸੋਚਿਆ ਕਿ ਮੈਂ ਕੀ ਹੈ ਕੀ ਨਹੀਂ ਆ, ਉਹ ਸਾਰੇ ਦੇ ਸਾਰੇ ਇੱਥੇ ਪਹੁੰਚ ਰਹੇ ਹਨ। ਜਦ ਆਪਾਂ ਇਸ ਮੋਰਚੇ ਦੀ ਗੱਲ ਕਰਦੇ ਨੇ, ਕੇਂਦਰ ਦੇ ਵੱਲੋਂ ਵੱਖ ਵੱਖ ਨੀਤੀਆਂ ਅਪਣਾਈ ਜਾਂਦੀ ਹੈ ਤਾਂ ਕਿ ਇਸ ਮੋਰਚੇ ਨੂੰ ਤੋੜਿਆ ਜਾਵੇ। ਕੱਲ੍ਹ ਦੇ ਦਿਨ ਦੇ ਵਿੱਚ ਦਿਲਜੀਤ ਦੋਸਾਂਝ ਨੇ 1 ਕਰੋੜ ਰੁਪਏ ਦਿੱਤਾ ਸੀਗਾ, ਉਹਦੇ ਉੱਤੇ ਜਾਂਚ ਅਜਿਹੇ ਕਰਵਾਈ ਜਾ ਰਹੀ ਹੈ, ਆਦੇਸ਼ ਦਿੱਤੇ ਗਏ, ਨਾਲ ਹੀ ਸਪੀਡ ਰਿਕਾਰਡ 'ਤੇ ਵੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਕਿ ਇਹ ਬਾਹਰ ਜੇ ਹੈ ਬਾਲੀ ਕੰਟਰੀਆਂ ਤੋਂ ਵੱਖ ਵੱਖ ਫੰਡਸ ਜੇ ਇਕੱਠੇ ਕਰਕੇ ਇਸ ਅੰਦੋਲਨ ਦੇ ਉੱਤੇ ਜੇ ਹੈ ਲਾ ਰਹੀ ਹੈ। ਦੇਖੋ, ਉਹਨਾਂ ਦੀ ਕੋਸ਼ਿਸ਼ ਹੋਗੀ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਨੂੰ ਦਬਾਇਆ ਜਾਵੇ, ਐਜੂਟੇਸ਼ਨ ਨੂੰ ਫੇਲ ਕੀਤਾ ਜਾਵੇ, ਇਹ ਕਿਹਾ ਜਾਵੇ ਕਿ ਦਿਸ ਇਜ਼ ਫੰਡਡ ਬਾਈ ਐਂਟੀ ਨੈਸ਼ਨਲਿਸਟ ਜਾਂ ਖਾਲਿਸਤਾਨ ਗਰੁੱਪਸ ਨੂੰ ਫੰਡ ਕਰ ਰਹੇ ਜਾਂ ਇੱਥਾਂ। ਬਹੁਤ ਸਾਰੀਆਂ ਗੱਲਾਂ ਬਣਾਉਣ ਦੀ ਕੋਸ਼ਿਸ਼ ਹੈ, ਪਰ ਲੋਕ ਸਿਆਣੇ ਹੋ ਚੁੱਕੇ ਨੇ, ਹੁਣ ਤਾਂ ਸਮਝ ਆਉਂਦਾ ਸਾਰਿਆਂ ਨੂੰ ਕਿ ਵਾਰ ਵਾਰ ਇੱਕ ਹੀ ਚੀਜ਼ ਥੋੜ੍ਹੀ ਚੱਲਦੀ ਹੁੰਦੀ ਹੈ, ਕਿੰਨੀ ਕੁ ਵਾਰੀ ਤੁਸੀਂ ਇੱਕ ਹੀ ਫਾਰਮੂਲਾ ਅਪਲਾਈ ਕਰੀ ਜਾਓਗੇ, ਹੁਣ ਉਸ ਫਾਰਮੂਲੇ ਤੋਂ ਲੋਕ ਵਾਕਫ ਹੋ ਚੁੱਕੇ ਨੇ। ਇਹ ਬਹੁਤ ਵੱਡੀ ਗੱਲ ਹੈਗੀ ਹੈ ਕਿਉਂਕਿ ਜਦ ਆਪਾਂ ਫੰਡਸ ਦੀ ਗੱਲ ਕਰਦੇ ਹਾਂ ਹਮੇਸ਼ਾ ਸਾਡੇ ਫੰਡਸ ਦੇ ਉੱਤੇ ਸਵਾਲ ਚੁੱਕੇ ਜਾਂਦੇ, ਲੇਕਿਨ ਅਸੀਂ ਕਿਸੇ ਹੋਰ ਦੇ ਫੰਡਸ ਉੱਤੇ ਸਵਾਲ ਜੇ ਹੈ ਨਹੀਂ ਚੱਕ ਸਕਦੇ ਹਨ। ਜੀ ਬਿਲਕੁਲ, ਜਦੋਂ ਕੋਈ ਨੈਚੁਰਲ ਕਲੈਮਿਟੀ ਆਉਂਦੀ ਹੈ ਉਦੋਂ ਖਾਲਸਾ ਹੈਡ ਲੰਗਰ ਲਾਉਂਦਾ ਆ, ਉਦੋਂ ਕੁਐਸਚਨ ਨਹੀਂ ਕੀਤਾ ਗਿਆ ਕਿ ਫੰਡਸ ਕਿੱਥੋਂ ਆਏ, ਪਰ ਖਾਲਸਾ ਹੈਡ ਆਪਣੇ ਲੋਕਾਂ ਦੇ ਹਿੱਤ 'ਚ ਆ ਕੇ ਖੜਾ ਹੈ, ਲੰਗਰ ਲਾਉਂਦਾ, ਤਾਂ ਰਵੀ ਸਿੰਘ ਹੋਣਾ ਨੂੰ ਕੁਐਸਚਨ ਕੀਤੇ ਗਏ ਹੈ ਨਾ, ਉਹਨਾਂ ਦੇ ਉੱਤੇ ਚਿੱਕੜ ਸੁੱਟਿਆ ਗਿਆ ਇਸ ਗੱਲ ਦਾ ਕਿ ਇਹ ਐਂਟੀ ਨੈਸ਼ਨਲਿਸਟ ਨੇ ਜਾਂ ਖਾਲਿਸਤਾਨੀ ਨੇ, ਇਹ ਦੋਹਰੀ ਰਣਨੀਤੀ ਹੈ, ਮਤਲਬ ਤੁਹਾਡੇ ਵਾਰੀ ਆਏ ਤਾਂ ਚੰਗੇ, ਸਾਡੇ ਵਾਰੀ ਆਏ ਤਾਂ ਮਾੜੇ, ਇਹ ਕਿੱਦਾਂ? ਕੇਂਦਰ ਸਰਕਾਰ ਨੂੰ ਜੋ ਹੈ ਦੋਹਰੀ ਰਣਨੀਤੀ ਤੋਂ ਬਾਹਰ ਆਉਣਾ ਚਾਹੀਦਾ ਹੈ, ਇਨਸਾਨੀਅਤ ਦੇ ਨਾਤੇ ਸੋਚਣਾ ਚਾਹੀਦਾ ਹੈ, ਦਿਲ ਦੇ ਵਿੱਚ ਜੋ ਹੈ ਕਿਸਾਨ ਮੋਰਚਾ ਬੋਲ ਰਿਹਾ ਉਸ ਦੇ ਬਾਰੇ ਜੇ ਸੋਚਣਾ ਚਾਹੀਦਾ। ਕੱਲ੍ਹ ਦੀ ਬੈਠਕ ਬਹੁਤ ਅਹਿਮ ਹੈ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਕੱਲ੍ਹ ਜੋ ਹੈ ਕੇਂਦਰ ਸਰਕਾਰ ਆਪਣਾ ਜਿੱਦੀ ਰਵੱਈਆ ਜੇ ਛੱਡਦੀ ਹੈ ਕਿ ਨਹੀਂ। ਕੈਮਰਾਮੈਨ ਦਵਿੰਦਰ ਦੇ ਨਾਲ ਨਿਰੂਪ ਜਲਵਾਨ, ਫੈਕਟ ਨਿਊਜ਼। ਹੱਕ ਦੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ।